ਸੋ ਪ੍ਰੀਵੀਅਸ ਵੀਡੀਓ ਦੇ ਵਿੱਚ ਅਸੀਂ ਫੂਡ ਮੈਪਸ ਤੇ ਡੂਜ਼ ਐਂਡ ਡੋਂਟਸ ਇਹ ਸਾਰੇ ਕਨਸੈਪਟ ਅਸੀਂ ਕਰ ਚੁੱਕੇ ਹਾਂ। ਅਗਰ ਤੁਸੀਂ ਨਹੀਂ ਦੇਖਿਆ ਪ੍ਰੀਵੀਅਸ ਵੀਡੀਓ 'ਚ ਜਾ ਕੇ ਇੱਕ ਵਾਰ ਦੇਖ ਲਓ। ਜ਼ਿਆਦਾ ਟਾਈਮ ਤੁਹਾਡਾ ਨਹੀਂ ਲੱਗੇਗਾ। ਟੌਪਿਕ ਨੂੰ ਸਮਝਣ ਲਈ ਤੁਹਾਡੇ ਲਈ ਇਹ ਚੀਜ਼ ਜ਼ਰੂਰੀ ਹੈ। ਠੀਕ ਹੈ। ਹੁਣ ਜੇ ਇੰਨਾ ਟਾਈਮ ਦੇ ਹੀ ਰਹੇ ਹੋ ਤੇ ਠੀਕ ਹੈ ਪਿਛਲੀ ਵੀਡੀਓ ਵੀ ਦੇਖ ਲਓ। ਟੌਪਿਕ ਚੰਗੀ ਤਰ੍ਹਾਂ ਸਮਝ ਆ ਜਾਏਗਾ। ਠੀਕ ਹੈ। ਸੋ ਕਾਲੀ ਨਹੀਂ ਕਰਨੀ ਹੈਗੀ। ਜੇ ਮੈਂ ਦਸੰਚ ਨਿਕਾਲੀ ਕਰ ਰਿਹਾ ਤਾਂ ਤੁਸੀਂ ਵੀ ਸਮਝੇ ਨਿਕਾਲੀ ਕਰਨ ਦੀ ਬਿਲਕੁਲ ਵੀ ਖੇਚਲ ਨਾ ਕਰੋ ਸੋ ਲੋ ਫੂਡ ਮੈਪਸ ਨੂੰ ਅਸੀਂ ਫੋਲੋ ਕਰਨਾ ਠੀਕ ਹੈ ਹੁਣ ਇਹਦੇ ਚ ਅਸੀਂ ਅਗੇ ਨੂੰ ਗਰੁੱਪ ਵਾਈ ਗਰੁੱਪ ਚੱਲਾਂਗੇ ਕਿਹੜੇ ਗ੍ਰੇਨਸ ਜਿਹੜੇ ਲੋ ਫੂਡ ਮੈਪ ਆਪਾਂ ਕਿਹੜੇ ਹਾਈ ਫੂਡ ਮੈਪ ਠੀਕ ਹੈ ਰੈਕਟਲ ਅਲਸਰ ਅਲਸਰੇਟਿਵ ਕੋਲਾਈਟਸ ਕਰੋਨਸ ਡਿਜ਼ੀਜ਼ ਇਰੀਟੇਬਲ ਬਾਵਲ ਸਿੰਡਰਮ ਸਾਰਿਆਂ ਦੇ ਵਿੱਚ ਅਸੀਂ ਆਹੀ ਡਾਈਟ ਦਾ ਕ੍ਰਾਈਟੇਰੀਆ ਫੋਲੋ ਕਰਾਂਗੇ ਭਾਵੇਂ ਕਿ ਪ੍ਰੋਬਲਮਸ ਥੋੜੀਆਂ ਥੋੜੀਆਂ ਵੱਖਰੀਆਂ ਨੇ ਪਰ ਬੈਂਚਮਾਰਕ ਜਿਹੜਾ ਆ ਪ੍ਰੋਸੈਸ ਅਸੀਂ ਆਹੀ ਫਾਲੋ ਕਰਨਾ ਹੈ ਆਹੀ ਵਾਲੀ ਡਾਈਟ ਫਾਲੋ ਕਰਨੀ ਹੈ ਠੀਕ ਹੈ ਸੋ ਅਨਾਜ ਵਿੱਚ ਕੀ ਕੀ ਸਾਨੂੰ ਅਲਾਉਡ ਹੈ ਸਾਨੂੰ ਅਲਾਉਡ ਹੈ ਮਿਲਟਸ ਸਾਨੂੰ ਮੱਕੀ ਓਟਸ ਚਾਵਲ ਕਿਨਵਾ ਸਿੰਗਾੜਾ ਇਹ ਸਾਰੇ ਆਟੇ ਜਿਹੜੇ ਨੇ ਸਾਨੂੰ ਅਲਾਉਡ ਨੇ ਯਾਨੀ ਕਿ ਅਸੀਂ ਗਲੂਟਨ ਫ੍ਰੀ ਖਾਣਾ ਗਲੂਟਨ ਫ੍ਰੀ ਆਟਾ ਵਰਤਣ ਦੀ ਕੋਸ਼ਿਸ਼ ਇੱਥੇ ਕਰ ਰਹੇ ਆ ਕਿਉਂ ਕਿਉਂਕਿ ਗਲੂਟਨ ਜਿਹੜਾ ਹੈ ਉਹ ਕਣਕ ਦੇ ਵਿੱਚ ਜਾਂ ਥੋੜਾ ਬਹੁਤ ਰਾਈ ਦੇ ਵਿੱਚ ਜੋਚ ਪਾਇਆ ਜਾਂਦਾ ਆ ਉਹ ਉਹ ਗਲੂਟਨ ਪ੍ਰੋਟੀਨ ਜਿਹੜਾ ਆ ਗਲੂਟਨ ਦੀ ਪ੍ਰੋਬਲਮ ਇਹ ਹੈਗੀ ਆ ਕਿ ਗਲੂਟਨ ਅੰਤੜੀਆਂ ਦੇ ਵਿੱਚ ਸੋਜਿਸ਼ ਕ੍ਰੀਏਟ ਕਰਦਾ ਆ ਇਨਫਲੇਮੇਸ਼ਨ ਕ੍ਰੀਏਟ ਕਰਦਾ ਇਹ ਡੈਫੀਨੇਟ ਆ ਠੀਕ ਹੈ ਤੁਸੀਂ ਕਿਤੇ ਵੀ ਇਹ ਗੂਗਲ ਦੇ ਉੱਪਰ ਸਰਚ ਕਰ ਲਓ ਚਾਹੇ ਕਿਸੇ ਵੀ ਐਕਸਪਰਟ ਨੂੰ ਪੁੱਛ ਲਓ ਗਲੂਟਨ ਅੰਤੜੀਆਂ ਵਿੱਚ ਸੋਜਿਸ਼ ਕਰਦਾ ਆ ਇਹ ਇਸ ਕੇਸ ਚ ਅੰਤਰੀਆਂ ਦੇ ਵਿੱਚੋਂ ਸੋਜਿਸ਼ ਨੂੰ ਠੀਕ ਹੋਣ ਨਹੀਂ ਦਿੰਦਾ ਸੋ ਇਹਦਾ ਮਤਲਬ ਇਹ ਨਹੀਂ ਹੈ ਵੀ ਤੁਹਾਨੂੰ ਕਣਕ ਤੋਂ ਅਲਰਜੀ ਹੋ ਗਈ ਹੈ ਨਹੀਂ ਬਟ ਤੁਹਾਡੀ ਜੋ ਪ੍ਰੋਬਲਮ ਸੀ ਜੋ ਸੋਜਿਸ਼ ਆ ਉਹਨੂੰ ਕਣਕ ਠੀਕ ਨਹੀਂ ਹੋਣ ਦੇ ਰਿਹਾ ਸੋ ਸਾਨੂੰ ਕਣਕ ਤੋਂ 3 ਮਹੀਨਿਆਂ ਲਈ ਘੱਟੋ-ਘੱਟ ਪਰਹੇਜ਼ ਕਰਨਾ ਪੈਣਾ ਸੋ ਗਲੂਟਨ ਵਾਲੇ ਪ੍ਰੋਡਕਟਸ ਸਾਰੇ ਬੰਦ ਕਰਨੇ ਪੈਣੇ ਇਸੇ ਦਾ ਵਾਲੀ ਬ੍ਰੈਡ ਬਿਸਕਟ ਪਾਸਤਾ ਕਿਸੇ ਵੀ ਪ੍ਰਕਾਰ ਦੀ ਕੋਈ ਮੱਠੀ ਮਟਰੀ ਮੈਦਾ ਸੂਜੀ ਇਹ ਸਾਰਾ ਕੁਝ ਸਾਨੂੰ ਸਟਾਪ ਕਰਨਾ ਪੈਣਾ ਠੀਕ ਹੈ ਤੇ ਗਲੂਟਨ ਫ੍ਰੀ ਗ੍ਰੇਨ ਖਾਣੇ ਪੈਣੇ ਨੇ ਗਲੂਟਨ ਫ੍ਰੀ ਬਿਸਕਟ ਗਲੂਟਨ ਫ੍ਰੀ ਬ੍ਰੈਡ ਗਰੂਟਨ ਫ੍ਰੀ ਟੋਸਟ ਦੇਖੋ ਗਲੂਟਨ ਫ੍ਰੀ ਬਹੁਤ ਕੁਝ ਪ੍ਰੋਡਕਟ ਇੰਡੀਆ ਚ ਵੀ ਹੁਣ ਮਿਲਣ ਲੱਗ ਪਿਆ ਫੋਰਨ ਦੇ ਵਿੱਚ ਤਾਂ ਬਹੁਤ ਕੁਛ ਆ ਦੇਖੋ ਗਲੂਟਨ ਫ੍ਰੀ ਅਨਾਜ ਤੇ ਆਟਾ ਯਾਨੀ ਕਿ ਦਲੀਆ ਤੇ ਆਟਾ ਪ੍ਰੇਫਰ ਕਰੋ ਕਿਉਂਕਿ ਗਲੂਟਨ ਫ੍ਰੀ ਜੇ ਬ੍ਰੈਡ ਦੀ ਗੱਲ ਕਰਾਂਗੇ ਜਾਂ ਬਿਸਕਟ ਦੀ ਗੱਲ ਕਰਾਂਗੇ ਹੈ ਤਾਂ ਉਹ ਪ੍ਰੋਸੈਸਡ ਫੂਡ ਹੈਗਾ ਸੋ ਅਸੀਂ ਪ੍ਰੋਸੈਸਡ ਫੂਡ ਤੋਂ ਵੀ ਬਚਣਾ ਠੀਕ ਹੈ ਥੋੜਾ ਬਹੁਤ ਲੈ ਲਿਆ ਟੇਸਟ ਲਈ ਲੇਕਿਨ ਪ੍ਰੇਫਰ ਆਪਾਂ ਕਰਨਾ ਗਲੂਟਨ ਫਰੀ ਦਲੀਆ ਗਲੂਟਨ ਫਰੀ ਆਟਾ ਨੈਕਸਟ ਆ ਗਈ ਜੀ ਸਾਡੀ ਦਾਲਾਂ ਦੀ ਕੈਟਾਗਰੀ ਦਾਲਾਂ ਵਿੱਚ ਅਸੀਂ ਸਿਰਫ ਤੇ ਸਿਰਫ ਲੈਂਟਲਸ ਲੈਣੇ ਆ ਬਾਸ ਸਿਰਫ ਤੇ ਸਿਰਫ ਬਿਨਾ ਛਿਲਕੇ ਵਾਲੀਆਂ ਦਾਲਾਂ ਆਪਾਂ ਲੈਣੀਆਂ ਨੇ ਕਿਸੇ ਵੀ ਪ੍ਰਕਾਰ ਦੀ ਛਿਲਕੇ ਵਾਲੀ ਦਾਲ ਅਸੀਂ ਨਹੀਂ ਲੈਣੀ ਕਾਲੇ ਚਨੇ ਹੋ ਗਏ ਸਾਬਤ ਰਾਜਮਾ ਹੋ ਗਏ ਵਾਈਟ ਚਨੇ ਹੋ ਗਏ ਸਾਬਤ ਮੂੰਗੀ ਸਾਬਤ ਮਸਰ ਸਾਰਾ ਕੁਝ ਸਾਨੂੰ ਮਨਾ ਹੈ ਸਿਰਫ ਦਲੀਆਂ ਹੋਈਆਂ ਦਾਲਾਂ ਮੂੰਗ ਮਸਰ ਉਰਦ ਦੀ ਦਾਲ ਚਿੱਟੀ ਦਾਲ ਜਿਹੜੀ ਆ ਚਨੇ ਦੀ ਤੇ ਅਰਹਰ ਦੀ ਦਾਲ ਬਸ ਇਹ ਹੀ ਜਿਹੜੀਆਂ ਆ ਪੰਜ ਕ ਦਾਲਾਂ ਦੇ ਆਪਸ਼ਨ ਆਪਾਂ ਰੱਖਣੇ ਆ ਇਹਨਾਂ ਨੂੰ ਵੀ ਘੱਟੋ ਘੱਟ 2 ਤੋਂ 3 ਘੰਟੇ ਭਿਗੋ ਕੇ ਪਾਣੀ ਬਦਲ ਕੇ ਬਿਨਾ ਤੜਕੇ ਤੋਂ ਬਣਾਉਣਾ ਆ ਤੜਕਾ ਨਹੀਂ ਲਾਉਣਾ ਆਇਲ ਦੀ ਖਪਤ ਘਟਾਉਣੀ ਆ ਠੀਕ ਹੈ ਤੜਕੇ ਵਾਲੀ ਦਾਲ ਸਬਜ਼ੀ ਆਪਾਂ ਨਹੀਂ ਖਾਣੀ ਨੈਕਸਟ ਆ ਗਿਆ ਜੀ ਲੋ ਫੂਡ ਮੈਪ ਦੇ ਵਿੱਚ ਹੁਣ ਇਹ ਵੈਜੀਟੇਬਲਸ ਦੇਖ ਲਓ ਕਿਹੜੀਆਂ-ਕਿਹੜੀਆਂ ਜਿਹੜੀਆਂ ਹਾਈ ਫੂਡ ਮੈਪ ਦੀ ਗੱਲ ਕਰੀਏ ਹਾਈ ਫੂਡ ਮੈਚ ਦੇਖੋ ਗੋਭੀ ਬੰਦ ਗੋਭੀ ਠੀਕ ਹੈ ਜਾਂ ਬੈਂਗਣ ਹੋ ਗਿਆ ਭਿੰਡੀ ਹੋ ਗਈ ਇਹ ਚੀਜ਼ਾਂ ਜਿਹੜੀਆਂ ਆਪਾਂ ਨਾ ਖਾਈਏ ਹੁਣ ਆ ਇੱਕ ਨਾ ਰੈੱਡ ਕਲਰ ਦੇ ਵਿੱਚ ਮੈਂ ਲਿਖਿਆ ਜਿਹੜਾ ਆਹ ਵਾਲੀਆਂ ਕੁਝ ਵੈਜੀਟੇਬਲਸ ਤੁਸੀਂ ਦੇਖੋਗੇ ਨਾ ਐਗਪਲੈਂਟ ਹੋ ਗਿਆ ਕੇਲ ਸਪਿਨਚ ਇਹ ਵੈਸੇ ਤਾਂ ਲੋ ਫੂਡ ਮੈਪ ਆ ਹੈ ਲੋ ਫੂਡ ਮੈਪ ਬਟ ਐਕਸੈਪਸ਼ਨ ਹੈ ਇਸ ਕਰਕੇ ਆਪਾਂ ਇਹਨੂੰ ਇਧਰਲੀ ਕੈਟਾਗਰੀ ਚ ਰੱਖਿਆ ਇਹ ਨਹੀਂ ਖਾਣੀ ਆ ਈ ਆਪਾਂ ਬਾਅਦ ਚ ਸਟਾਰਟ ਕਰਾਂਗੇ ਹਜੇ ਸ਼ੁਰੂਆਤ ਦੇ ਵਿੱਚ ਸਿਰਫ ਈਜ਼ੀ ਡਾਈਜੈਸਟੇਬਲ ਸਬਜ਼ੀਆਂ ਖਾਣੀਆਂ ਨੇ ਜਿਵੇਂ ਕਿ ਗਾਜਰ ਵਗੈਰਾ ਹੋ ਗਈ ਠੀਕ ਹੈ ਜਾਂ ਖਕੂਮਬਰ ਹੋ ਗਿਆ ਠੀਕ ਹੈ ਰੈਡੀਸ਼ ਪੋਟੈਟੋ ਬਹੁਤ ਈਜ਼ੀ ਡਾਈਜੈਸਟ ਹੁੰਦੇ ਆ ਆਨੀਅਨ ਪੋਟੈਟੋ ਸਵੀਟ ਪੋਟੈਟੋ ਹਨਾ ਤੇ ਛਲਗਮ ਹੋ ਗਿਆ ਤੇ ਸ਼ਕਰਗੰਦੀ ਹੋ ਗਈ ਇਹ ਸਾਰੇ ਈਜ਼ੀ ਟੂ ਡਾਈਜੈਸਟ ਜਿਹੜੀਆਂ ਸਬਜ਼ੀਆਂ ਨੇ ਇਹ ਗਰੁੱਪ ਨੂੰ ਅਸੀਂ ਪ੍ਰੈਫਰ ਕਰਾਂਗੇ ਐਵਕਾਡੋ ਆਪਣੇ ਇੱਥੇ ਇੰਡੀਆ ਦੇ ਵਿੱਚ ਤਾਂ ਬਹੁਤ ਜ਼ਿਆਦਾ ਕੋਸਟਲੀ ਮਿਲਦਾ ਆ ਸੋ ਮੈਂ ਉਹ ਇਦਾਂ ਨਹੀਂ ਕਿਸੇ ਨੂੰ ਐਡਵਾਈਸ ਕਰਦਾ ਵੀ ਤੁਸੀਂ 6-700 ਰੁਪਏ ਕਿਲੋ ਐਵਕਾਡੋ ਖਰੀਦ ਕੇ ਖਾਓ ਹਨਾ ਤੇ ਜਿਨ੍ਹਾਂ ਕੰਟਰੀਜ਼ ਫੋਰਨ ਕੰਟਰੀਜ਼ ਚ ਸਸਤਾ ਮਿਲਦਾ ਆ ਜਾਂ ਅਫੋਰਡੇਬਲ ਆ ਅਗਲੇ ਲੈ ਸਕਦੇ ਆ ਇੰਡੀਆ ਚ ਵੀ ਜਿਹੜੇ ਬੰਦੇ ਨੂੰ ਅਫੋਰਡੇਬਲ ਲੈ ਸਕਦਾ ਜ਼ਰੂਰੀ ਨਹੀਂ ਹੈ ਵੀ ਐਵਕਾਡੋ ਖਾਣਾ ਹੀ ਖਾਣਾ ਬਟ ਇਟ ਇਜ਼ ਅ ਗੁੱਡ ਵੈਜੀਟੇਬਲ ਹਨਾ ਖਾ ਸਕਦੇ ਆ ਤੁਸੀਂ ਆਹ ਵਾਲੀਆਂ ਕੈਟਾਗਰੀਜ਼ ਨੂੰ ਅਸੀਂ ਅਵੋਇਡ ਕਰਾਂਗੇ ਨੈਕਸਟ ਆ ਦੀਨ ਫਰੂਟਸ ਫਰੂਟਸ ਦੇ ਵਿੱਚ ਵੀ ਅਸੀਂ ਅਨਰਾਈਪ ਬਨਾਣਾ ਬਿਕੋਜ਼ 슈ਗਰ ਕੰਟੈਂਟ ਬਹੁਤ ਘੱਟ ਆ ਤਾਂ ਲਿਖਿਆ ਆਦਰਵਾਇਸ ਠੀਕ ਆ ਨਾਰਮਲ ਬਨਾਣਾ ਆਪਾਂ ਲੈ ਸਕਦੇ ਆ ਬਲੂ ਬੈਰੀਜ਼ ਗ੍ਰੇਪਸ ਹਨਾ ਕੀਵੀ ਇਹ ਸਾਰਾ ਕੁਝ ਆਪਾਂ ਲੈ ਸਕਦੇ ਆ ਮੈਲਨ ਚ ਇੱਕ ਵਾਟਰਮੈਲਨ ਯਾਨੀ ਕਿ ਹਦਵਾਣਾ ਛੱਡ ਕੇ ਆਪਾਂ ਬਾਕੀ ਸਾਰੇ ਮੈਲਨ ਆਪਾਂ ਲੈ ਸਕਦੇ ਕੈਂਟਲੂਪ ਲੈ ਸਕਦੇ ਖਰਬੂਜਾ ਲੈ ਸਕਦੇ ਹਨਾ ਖਾ ਸਕਦੇ ਆ ਸਾਰੀਆਂ ਚੀਜ਼ਾਂ ਕੋਈ ਦਿੱਕਤ ਪਰੇਸ਼ਾਨੀ ਤੁਹਾਨੂੰ ਨਹੀਂ ਆਏਗੀ ਲਿਮਿਟਿਡ ਮਾਤਰਾ ਚ ਖਾਓ ਐਪਲ ਐਪ੍ਰੀਕੋਟ ਹੋ ਗਿਆ ਜਾਂ ਹੱਜਵਾਣਾ ਹੋ ਗਿਆ ਇਹ ਸਾਰੀਆਂ ਚੀਜ਼ਾਂ ਆਪਾਂ ਅਵੋਇਡ ਕਰਨੀਆਂ ਇਹ ਸਾਰੇ ਆਪਾਂ ਫਰੂਟਸ ਜਿਹੜੇ ਆ ਇਹ ਨਹੀਂ ਲੈਣੇ ਹੁਣ ਯਾਦ ਰੱਖੋ ਕਿ ਮੈਂ ਹੁਣ ਇੱਥੇ ਦੇਖੋ ਸਾਰੇ ਫਰੂਟਸ ਮੈਂਸ਼ਨ ਨਹੀਂ ਕੀਤੇ ਤੁਸੀਂ ਆਪਣਾ ਫੋਕਸ ਸਿਰਫ ਲੋ ਫੂਡ ਮੈਪ ਦੇ ਉੱਤੇ ਰੱਖਣਾ ਸੇਮ ਸਬਜ਼ੀਆਂ ਦੀ ਵੀ ਜਦੋਂ ਮੈਂ ਗੱਲ ਕੀਤੀ ਸੀ ਨਾ ਹੋ ਸਕਦਾ ਵੀ ਕੋਈ ਤੁਹਾਡੀ ਫੇਵਰਿਟ ਸਬਜੀ ਮੈਂ ਇਹ ਚ ਨਾਂ ਲਿਖੀ ਹੋਵੇ ਦੋਨਾਂ ਚੋ ਕਿਸੇ ਕੈਟਾਗਰੀ ਤੇ ਤੁਸੀਂ ਸਿਰਫ ਲੋ ਫੂਡ ਮੈਪ ਦੇ ਉੱਪਰ ਤੁਸੀਂ ਫੋਕਸ ਰੱਖਣਾ ਹੈ लो फूड मैप ਤੇ ਫੋਕਸ ਰੱਖੋ ਜੋ ਜੋ ਇਹਦੇ ਚ ਅਲਾਉਡ ਆ ਬਸ ਉਹੀ ਖਾਣਾ ਜੇ ਮੈਂ ਕੋਈ ਵੈਜੀਟੇਬਲ ਨਹੀਂ ਇਹਦੇ ਚ ਲਿਖੀ ਜਾਂ ਫਰੂਟ ਇਹਦੇ ਚ ਨਹੀਂ ਲਿਖਿਆ ਨਾ ਤੁਸੀਂ ਉਹਨੂੰ ਆਟੋਮੈਟਿਕਲੀ ਮੰਨ ਕੇ ਚੱਲੋ ਵੀ ਇਹ ਹਾਈ ਫੂਡ ਮੈਪ ਆਪਾਂ ਨਹੀਂ ਖਾਣਾ ਠੀਕ ਹੈ ਚਾਹੇ ਉਹ ਹਾਈ ਹੋਵੇ ਨਾ ਹੋਵੇ ਤੁਸੀਂ ਬਸ ਉਹਨੂੰ ਨਹੀਂ ਖਾਣਾ ਨੈਕਸਟ ਆ ਜਾਂਦਾ ਹੈ ਜੀ ਡੇਰੀ ਪ੍ਰੋਡਕਟਸ ਡੇਰੀ ਪ੍ਰੋਡਕਟਸ ਦੇ ਵਿੱਚ ਦੇਖੋ ਪ੍ਰੇਫਰੇਬਲੀ ਅਸੀਂ ਨਾਰਮਲ ਦੁੱਧ ਦੀ ਜਿਹੜੀ ਖਪਤ ਆ ਉਹ ਘਟਾਈ ਦੀ ਹੈ ਦਹੀਂ ਲੱਸੀ ਤੁਸੀਂ ਫੇ ਵੀ ਲੈ ਸਕਦੇ ਆ ਕਿਉਂਕਿ ਉਹ ਕੁਝ ਹੱਦ ਤੱਕ ਜਿਹੜਾ ਹੈ ਫਰਮੈਂਟਡ ਫੂਡ ਆ ਈਜ਼ੀ ਟੂ ਡਾਈਜੈਸਟ ਬਟ ਬੈਸਟ ਆਪਸ਼ਨ ਤੁਹਾਡੇ ਕੋਈ ਇਹੀ ਹੈਗਾ ਵੀ ਲੈਕਟੋਸ ਫਰੀ ਮਿਲਕ ਜਾਂ ਕੋਈ ਹੋਰ ਪਲਾਂਟ ਬੇਸ ਮਿਲਕ ਤੁਸੀਂ ਯੂਜ਼ ਕਰੋ ਆਮ ਡੈਰੀ ਐਂਡ ਡੈਰੀ ਪ੍ਰੋਡਕਟਸ ਤੁਹਾਨੂੰ ਹੌਲੀ-ਹੌਲੀ ਘਟਾਉਣੇ ਚਾਹੀਦੇ ਆ ਠੀਕ ਹੈ ਅਗਰ ਕਿਸੇ ਨੂੰ ਲੂਜ਼ ਮੋਸ਼ਨ ਹੁੰਦਾ ਆ ਤੇ ਉਹਨੇ ਕਦੀ ਵੀ ਡਾਇਰੀਆ ਦੇ ਕੇਸ ਚ ਉਹਨੇ ਕਦੀ ਵੀ ਸਿੰਪਲ ਪਲੇਨ ਦੁੱਧ ਨਹੀਂ ਪੀਣਾ ਕਦੀ ਵੀ ਨਹੀਂ ਪੀਣਾ ਉਹ ਦਹੀਂ ਲੱਸੀ ਫਿਰ ਵੀ ਲੈ ਸਕਦਾ ਕਿਸੇ ਹੱਦ ਤੱਕ ਲੇਕਿਨ ਦੁੱਧ ਸਿੰਪਲ ਲੂਜ਼ ਮੋਸ਼ਨ ਵਾਲੇ ਬੰਦੇ ਨੇ ਪੇਸ਼ੈਂਟ ਨੇ ਬਿਲਕੁਲ ਨਹੀਂ ਪੀਣਾ ਠੀਕ ਹੈ ਇਹਨੇ ਲਿਖੇ ਕਲੋਸਟਰਮ ਲਿਖਿਆ ਆ ਕਲੋਸਟਰਮ ਅਸੀਂ ਕਹਿੰਨੇ ਆ ਬੋਲੀ ਨੂੰ ਬੋਲੀ ਹੁੰਦੀ ਹੈ ਜਿਹੜਾ ਵੀ ਜਦੋਂ ਕੋਈ ਕੈਟਲ ਆ ਕੋਈ ਪਸ਼ੂ ਆ ਉਹ ਜਦੋਂ ਅੱਗੇ ਬੱਚਾ ਦਿੰਦਾ ਆ ਤੇ ਜਿਹੜਾ ਉਹਦਾ ਸਟਾਰਟਿੰਗ ਪਹਿਲਾ ਦੁੱਧ ਹੁੰਦਾ ਜਿਹਦੇ ਵਿੱਚ ਛਟੀਆਂ ਹੁੰਦੀਆਂ ਆ ਜਿਹੜਾ ਜੰਮਿਆ ਹੁੰਦਾ ਹਨ ਉਹਨੂੰ ਅਸੀਂ ਬੋਲੀ ਕਹਿੰਨੇ ਆ ਉਹਨੂੰ ਅਸੀਂ ਇੰਗਲਿਸ਼ ਚ ਕਲੋਸਟਰਮ ਕਹਿੰਨੇ ਕਲੋਸਟਰਮ ਚਾਹੇ ਫਰੈਸ਼ ਤੁਹਾਨੂੰ ਮਿਲ ਜਾਏ ਚਾਹੇ ਤੁਹਾਨੂੰ ਕਲੋਸਟਰਮ ਦਾ ਸਪਲੀਮੈਂਟ ਪਾਊਡਰ ਮਿਲ ਜਾਏ ਅਗਰ ਤੁਹਾਨੂੰ ਕਲੋਸਟਰਮ ਮਿਲਦਾ ਇਹਨੂੰ ਨਾ ਛੱਡੋ ਇਹ ਤੁਹਾਡੀ ਅੰਤੜੀਆਂ ਦੀ ਰਿਪੇਅਰ ਲਈ ਬਹੁਤ ਵਧੀਆ ਠੀਕ ਹੈ ਆ ਕੁਲਸਟਰਮ ਥੱਲੇ ਮੈਂ ਪਿਕ ਵੀ ਲਗਾਈ ਹੈ ਤੁਹਾਡੇ ਲਈ ਬਹੁਤ ਵਧੀਆ ਆ ਇਹਨੂੰ ਪਾਣੀ ਚ ਘੋਲ ਕੇ ਪਾਊਡਰ ਨੂੰ ਚਾਹੇ ਪੀਓ ਚਾਹੇ ਅਗਰ ਫਰੈਸ਼ ਬੋਲੀ ਤੁਹਾਨੂੰ ਮਿਲਦੀ ਹੈ ਤੇ ਉਹ ਜ਼ਰੂਰ ਖਾਓ ਨਾਨ ਵੇਜ ਦੇ ਵਿੱਚ ਸਾਨੂੰ ਕੋਈ ਖਾਸ ਮਨਾਹੀ ਨਹੀਂ ਹੈ ਬਸ ਅਸੀਂ ਨਾਨ ਵਿੱਚ ਜਿਹੜੇ ਪ੍ਰੋਸੈਸਡ ਮੀਟ ਚਿਕਨ ਵਗੈਰਾ ਹੁੰਦੇ ਆ ਨਾ ਉਹਨਾਂ ਨੂੰ ਆਪਾਂ ਅਵੋਇਡ ਕਰਨਾ ਹੈ ਠੀਕ ਹੈ ਆਪਾਂ ਨੈਕਸਟ ਸਲਾਈਡ ਤੇ ਦੇਖਦੇ ਹਾਂ ਹਾਂਜੀ ਸੋ ਜਿਵੇਂ ਆ ਦੇਖੋ ਨੈਕਸਟ ਸਲਾਈਡ 'ਚ ਆਪਾਂ ਦੇਖ ਰਹੇ ਹਾਂ ਵੀ ਆ ਸਾਰਾ ਪ੍ਰੋਸੈਸਡ ਮੀਟ ਵਾਲਾ ਸੈਕਸ਼ਨ ਆ ਹੈਮ ਸੌਸੇਜ ਹਨਾ ਪੈਪਰੋਨੀ ਇਹ ਸਾਰਾ ਕੁਝ ਅਸੀਂ ਅਵੋਇਡ ਕਰਨਾ ਆ ਨੋਰਮਲ ਅੰਡਾ ਚਿਕਨ ਫਿਸ਼ ਤੁਸੀਂ ਸਬਜੀ ਬਣਾ ਕੇ ਸੂਪ ਬਣਾ ਕੇ ਜਿੱਦਾਂ ਤੁਹਾਨੂੰ ਪ੍ਰੇਫਰ ਚਾਹੇ ਬੋਇਲ ਸਟੀਮ ਕਰਕੇ ਤੁਸੀਂ ਖਾਣਾ ਚਾਹੋ ਖਾ ਸਕਦੇ ਆ ਤੇਲ 'ਚ ਫਰਾਈ ਨਹੀਂ ਕਰਨਾ ਮਿਰਚ ਮਸਾਲਾ ਨਹੀਂ ਐਡ ਕਰਨਾ ਠੀਕ ਹੈ ਜੀ ਨੈਕਸਟ ਆ ਜਾਂਦਾ ਸਾਨੂੰ ਆਇਲ ਕਿਉਂ ਮੱਖਣ ਦੀ ਮਨਾਹੀ ਨਹੀਂ لیکن ਜਦੋਂ ਮੈਂ ਤੁਹਾਨੂੰ दाल सब्जी ਸਮਝਾ ਰਿਹਾ ਸੀ ਮੈਂ ਤੁਹਾਨੂੰ ਦੱਸਿਆ ਤੜਕਾ ਨਹੀਂ ਲਗਾਣਾ ਤੁਸੀਂ दाल सब्जी ਬੋਇਲ ਕਰਕੇ ਖਾਣੀ ਹੈ ਲੇਕਿਨ ਉਹਦੇ ਉੱਪਰ ਦੇਸੀ ਕਿਉ ਮੱਖਣ ਮਲਾਈ ਕੋਕੋਨਟ ਆਇਲ 올ਿਵ ਆਇਲ ਜਿਹੜਾ ਮਰਜੀ ਆਇਲ ਐਡ ਕਰਕੇ ਖਾ ਸਕਦੇ ਬਸ ਉਹਨੂੰ ਤੇਲ ਦਾ ਤੜਕਾ ਨਹੀਂ ਲਗਾਣਾ ਤੜਕਾ ਲਾਉਣਾ ਆਇਲ ਜਿਹੜਾ ਆ ਉਹ ਇਨਫਲੇਮਟਰੀ ਹੋ ਜਾਂਦਾ ਆ ਤੇ ਤੁਹਾਡੀਆਂ ਅੰਤਰੀਆਂ ਚ ਆਲਰੇਡੀ ਇਨਫਲੇਮੇਸ਼ਨ ਆ ਠੀਕ ਹੈ ਉਹ ਤੁਹਾਡੀ ਇਨਫਲੇਮੇਸ਼ਨ ਨੂੰ ਵਧਾਊਗਾ ਅਗਰ ਤੁਸੀਂ ਤੜਕੇ ਵਾਲੀ दाल सब्जी ਖਾਓਗੇ ਤਕਰੀਬਨ ਮਿਰਚ ਮਸਾਲੇ ਤੇ ਗਰਮ ਤਸੀਰ ਵਾਲੇ ਮਸਾਲਿਆਂ ਨੂੰ ਛੱਡ ਕੇ ਬਾਕੀ ਸਾਰਾ ਕੁਝ ਤੁਸੀਂ ਆਪਣੀ ਡਾਈਟ 'ਚ ਲੈ ਸਕਦੇ ਹੋ ਹਲਦੀ, ਸੌਂਫ, ਇਲਾਇਚੀ, ਧੰਨੀਆਂ, ਜੀਰਾ, ਅਜਵਾਇਣ ਇਹ ਸਭ ਕੁਝ ਆਪਾਂ ਆਪਣੀ ਡਾਈਟ 'ਚ ਲੈ ਸਕਦੇ ਹਾਂ। ਨਟ ਸੀਡਸ ਮੈਂ ਸ਼ੁਰੂਆਤੀ ਦੌਰ ਦੇ ਉੱਪਰ ਰეკਮੈਂਡ ਨਹੀਂ ਕਰਦਾ। ਇਹਨਾਂ ਨੂੰ ਆਪਾਂ ਸਟਾਰਟਿੰਗ 'ਚ ਨਹੀਂ ਇੱਕਦਮ ਖਾਣਾ ਸ਼ੁਰੂ ਕਰਦੇ ਲੇਕਿਨ ਇਹ ਲੋ ਫੂਡ ਮੈਪ 'ਚ ਗਿਣੇ ਜਾਂਦੇ ਆ। ਇਹ ਸਾਡੀ ਡਾਈਟ ਦਾ ਹਿੱਸਾ ਬਣ ਸਕਦੇ ਆ। ਠੀਕ ਹੈ। ਨਟ ਸੀਡਸ 'ਚ ਸਿਰਫ ਕੈਸ਼ੂ, ਪਿਸਤਾ, ਕਾਜੂ ਪਿਸਤਾ ਆਪਾਂ ਅਵੋਇਡ ਕਰਦੇ ਆ। ਠੀਕ ਹੈ। ਪਰ ਉਹ ਬਾਇਓਟਿਕ ਲੈਣੇ ਬਹੁਤ ਜ਼ਰੂਰੀ ਆ ਸੋ ਸਔਰ ਕਰੋਟ ਹੋ ਗਿਆ ਕੈਫਿਰ ਹੋ ਗਿਆ ਯੋਗਰਟ ਹੋ ਗਿਆ ਜਾਂ ਪ੍ਰੋਬਾਇਓਟਿਕ ਡਰਿੰਕਸ ਜਾਂ ਪ੍ਰੋਬਾਇਓਟਿਕ ਕੈਪਸੂਲ ਇਹ ਸਾਡੀ ਡਾਈਟ ਵਿੱਚ ਅਗਰ ਹੈਗੇ ਨੇ ਤਾਂ ਸਾਨੂੰ ਬਹੁਤ ਇਹਦਾ ਬੈਨੀਫਿਟ ਮਿਲਦਾ ਸੋ ਕਿਉ ਮੱਖਣ ਬਟਰ ਜਾਂ 올ਿਵ ਆਇਲ ਡਾਈਟਸ ਜ਼ਰੂਰ ਰੱਖੋ ਨਟ ਸੀਡਸ ਡਾਈਟਸ ਰੱਖੇ ਜਾ ਸਕਦੇ ਨੇ ਚੀਆ ਸੀਡ ਖਾਸ ਕਰਕੇ ਚੀਆ ਸੀਡ ਜਿਹੜੇ ਆ 10 15 ਗ੍ਰਾਮ ਸ਼ੁਰੂ ਤੁਹਾਨੂੰ ਕਰ ਲੈਣੇ ਚਾਹੀਦੇ ਆ ਰਾਈਟ ਜਦੋਂ ਤੁਹਾਨੂੰ ਕੋਈ ਦਿੱਕਤ ਫੀਲ ਹੁੰਦੀ ਆ ਪੇਟ ਦੀ ਚਾਹੇ ਉਹ ਕਨਸਟਿਪੇਸ਼ਨ ਹੋਵੇ ਚਾਹੇ ਉਹ ਲੂਜ਼ ਮੋਸ਼ਨ ਹੋ ਗਿਆ ਠੀਕ ਹੈ ਸੋ ਸਔਰ ਕਰੋਟ ਵਗੈਰਾ ਇਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਆਪਣੀ ਡਾਈਟ ਵਿੱਚ ਲੈ ਸਕਦੇ ਆ ਠੀਕ ਹੈ ਪ੍ਰੋਸੈਸਡ ਮੀਟਸ ਅਵੋਇਡ ਕਰਨੇ ਆ ਰਿਫਾਈਨਡ ਆਇਲ ਅਸੀਂ ਅਵੋਇਡ ਕਰਨੇ ਆ ਤੇ 슈ਗਰਸ ਜਿਹੜੀਆਂ ਨੇ ਉਹ ਅਸੀਂ ਅਵੋਇਡ ਕਰਨ ਦੀ ਕੋਸ਼ਿਸ਼ ਕਰਨਾ ਜਿੰਨਾ ਵੱਧ ਤੋਂ ਵੱਧ ਅਸੀਂ ਕਰ ਸਕਦੇ ਆ